ਸ਼ਹਿਰ ਦੇ ਕੀ ਹਾਲਾਤ ਬਣੇ ਹੋਏ ਨੇ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਜ਼ਰਾ ਗੌਰ ਦੇ ਨਾਲ ਦੇਖੋ, ਸੁਨਿਆਰੇ ਦੀ ਦੁਕਾਨ ਦੇ ਵਿੱਚ ਸੁਨਿਆਰਾ ਤੇ ਇੱਕ ਕਰਿੰਦਾ ਨਜ਼ਰ ਆ ਰਹੇ ਨੇ। ਇਹਨੇ ਨੂੰ 1, 2, 3, 4, 5 ਇਹ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ, ਇੱਕਦਮ ਪਿਸਤੌਲ ਤਾਣ ਲੈਂਦੇ ਨੇ, ਫਿਰ ਰੱਜ ਕੇ ਇੱਥੇ ਲੁੱਟ ਕਰਦੇ ਨੇ। ਹਾਲਾਂਕਿ ਸੁਨਿਆਰੇ ਦੇ ਵੱਲੋਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ, ਫਿਰ ਇਹਨਾਂ ਲੁਟੇਰਿਆਂ ਨੇ ਉਸਦੇ ਥੱਪੜ ਮਾਰੇ ਨੇ ਤਾਂ ਕਾਫੀ ਸਮਾਂ ਇੱਥੇ ਖਿੱਚ ਤੂੰ ਹੁੰਦੀ ਰਹੀ ਔਰ ਲੁਟੇਰੇ ਆਪਣਾ ਕੰਮ ਕਰਦੇ ਰਹੇ। ਇੱਕ ਝੋਲੇ ਦੇ ਵਿੱਚ ਇਹਨਾਂ ਨੇ ਸੋਨੇ ਦੇ ਗਹਿਣੇ ਪਾ ਲਏ ਔਰ ਇਹਨੇ ਨੂੰ ਫੁਰਤੀ ਦੇ ਨਾਲ ਸੁਨਿਆਰਾ ਕਾਊਂਟਰ ਨੂੰ ਟੱਪ ਕੇ ਦੁਕਾਨ ਦੇ ਬਾਹਰ ਭੱਜ ਗਿਆ ਔਰ ਉਸਦੇ ਪਿੱਛੇ ਇਹ ਲੁਟੇਰੇ ਭੱਜ ਗਏ। ਜਦਕਿ ਦੁਕਾਨ ਦਾ ਕਰਿੰਦਾ ਭੱਜ ਕੇ ਬਾਹਰ ਆਇਆ, ਜਿਸ ਨੇ ਸ਼ਟਰ ਲਗਾਉਣਾ ਸ਼ੁਰੂ ਕਰ ਦਿੱਤਾ। ਦੱਸਦੇ ਕਿ 300 ਤੋਂ ਲੈ ਕੇ 400 ਤੋਲੇ ਸੋਨਾ ਇਹਨਾਂ ਲੁਟੇਰਿਆਂ ਦੇ ਵੱਲੋਂ ਚੋਰੀ ਕੀਤਾ ਗਿਆ। ਕਾਊਂਟਰ ਨੂੰ ਟੱਪ ਕੇ ਦੂਸਰੇ ਪਾਸੇ ਚਲੇ ਗਏ, ਜਿੱਥੇ ਇਹਨਾਂ ਨੇ ਝੋਲੇ ਦੇ ਵਿੱਚ ਸਾਰੇ ਗਹਿਣੇ ਪਾ ਲਏ ਔਰ ਬੜੀ ਫੁਰਤੀ ਦੇ ਨਾਲ ਇਹ ਭੱਜ ਗਏ। ਹਾਲਾਂਕਿ ਸੁਨਿਆਰੇ ਦੇ ਵੱਲੋਂ ਬਾਹਰ ਜਾ ਕੇ ਰੌਲਾ ਪਾਇਆ ਗਿਆ, ਦੁਕਾਨ ਦੇ ਵਿੱਚੋਂ ਫਰਾਰ ਹੋ ਗਿਆ ਤਾਂ ਉਸਦੇ ਪਿੱਛੇ ਹੀ ਇਹ ਲੁਟੇਰੇ ਭੱਜ ਗਏ। ਪੂਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਪੁਣੇ ਦੇ ਬਾਣਵਾੜੀ ਇਲਾਕੇ ਦੀ ਇਹ ਪੂਰੀ ਵੀਡੀਓ ਹੈ, ਜਿੱਥੇ ਇਹਨਾਂ 5 ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸਦੇ ਹਾਂ ਕਿ ਸੁਨਿਆਰੇ ਦੀ ਦੁਕਾਨ ਤੇ ਸ਼ਰੇਆਮ ਲੁੱਟ ਕੀਤੀ ਗਈ, 300 ਤੋਂ 400 ਤੋਲੇ ਸੋਨਾ ਜਿਹੜਾ ਉਹ ਲੁੱਟਿਆ ਗਿਆ। ਦੁਕਾਨ ਦੇ ਸੁਨਿਆਰੇ ਦੇ ਵੱਲੋਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸਦੇ ਨਾਲ ਇਹਨਾਂ ਲੁਟੇਰਿਆਂ ਨੇ ਖਿੱਚ ਤੂੰ ਕੀਤੀ, ਨਾਲ ਹੀ ਦੁਕਾਨ ਦਾ ਕਰਿੰਦਾ ਉਸਦੇ ਨਾਲ ਵੀ ਖਿੱਚ ਤੂੰ ਕੀਤੀ ਗਈ। ਤਾਂ ਝੋਲੇ ਦੇ ਵਿੱਚ ਗਹਿਣੇ ਪਾ ਕੇ ਇਹ ਲੁਟੇਰੇ ਇੱਥੋਂ ਫਰਾਰ ਹੋਏ ਨੇ। ਹਾਲਾਂਕਿ ਮੌਕਾ ਸਾਂਭਣ ਦੀ ਕੋਸ਼ਿਸ਼ ਆ ਜਿਹੜੀ ਉਹ ਸੁਨਿਆਰੇ ਦੇ ਵੱਲੋਂ ਕੀਤੀ ਗਈ, ਕਾਊਂਟਰ ਨੂੰ ਟੱਪ ਕੇ ਬਾਹਰ ਭੱਜ ਗਿਆ, ਪਿੱਛੇ ਉਸਦੇ ਲੁਟੇਰੇ ਭੱਜੇ ਨੇ। ਇਹ ਸਾਰੇ ਬਾਈਕ ਤੇ ਆਏ ਸੀ, ਜਿਨ੍ਹਾਂ ਨੇ ਇਸ ਲੁੱਟ ਨੂੰ ਬੇਖੌਫ ਹੋ ਕੇ ਦਿਨ ਦਿਹਾੜੇ ਅੰਜਾਮ ਦਿੱਤਾ।